ਜਸੀ ਖਾਸ ਤੌਰ ਤੇ ਗੱਲ ਕਰਨ ਵਾਲਿਆਂ ਆਸਟ੍ਰੇਲੀਆ ਦੇ ਬਾਰੇ ਤੇ ਇਸੇ ਵਿਸ਼ੇ ਤੇ ਚਰਚਾ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੀ ਹੈ ਕ੍ਰੀਏਟਿਵ ਫਿਊਚਰ ਤੋਂ ਮੈਡਮ ਗੁਰਪ੍ਰੀਤ ਕੌਰ ਬਾਟਜੀ ਸੋ ਸਭ ਤੋਂ ਪਹਿਲਾਂ ਤਾਂ ਸਾਰੀ ਸ਼ਕਲ मैम ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼ਕਾਲ ਜੀ ਥੈਂਕ ਯੂ ਜੀ ਸੋ ਕ੍ਰੀਏਟਿਵ ਫਿਊਚਰ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਦਾ ਜੋ ਆਫਿਸ ਆ ਉਹ ਫੇਸ ਇੱਕ ਮੁਹਾਲੀ ਦੇ ਵਿੱਚ ਆ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਅਹਿਮ ਜਾਣਕਾਰੀਆਂ ਵੀਜ਼ਾ ਰਿਲੇਟਡ ਲੈਣੀਆਂ ਹੋਣ ਕੋਈ ਸਵਾਲ ਤੁਹਾਡੇ ਹੋਣ ਵੀਜ਼ਾ ਰਿਲੇਟਡ ਉੱਥੇ ਜਾ ਕੇ ਤੁਸੀਂ ਆਪਣੀ ਫਾਈਲ ਦੀ ਜੋ ਐਸੈਸਮੈਂਟ ਵੀ ਕਰਵਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਅਪਲਾਈ ਵੀ ਕਰ ਸਕਦੇ ਹੋ ਆਪਣੇ ਵੀਜ਼ਾ ਦੇ ਲਈ ਸੋ ਅੱਜ ਅਸੀਂ ਆਸਟ੍ਰੇਲੀਆ ਦੇ ਬਾਰੇ ਗੱਲ ਕਰ ਰਹੇ ਹਾਂ ਸੋ ਮੈਮ ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਦੇ ਬਾਰੇ ਅਗਰ ਗੱਲ ਕਰੀਏ ਤਾਂ ਕਰੰਟ ਸਿਨੈਰੀਓ ਕੀ ਚੱਲ ਰਿਹਾ ਆਸਟ੍ਰੇਲੀਆ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਲੱਗੇ ਵੀ ਮੈ ਜੋ ਹੈਗਾ ਉਹ ਬੱਚੇ ਜਿਹੜਾ 2023 ਪਾਸ ਆਊਟ ਹੈ ਉਹ ਬੱਚਾ ਫੈਬਨਟਿਕ ਲਈ ਅਪਲਾਈ ਕਰ ਸਕਦਾ ਹੈ ਕੁਝ ਯੂਨੀਵਰਸਿਟੀਆਂ ਵੱਲੋਂ ਡਿਸੀਜਨਸ ਲਏ ਗਏ ਨੇ ਜਿਹੜੇ ਕਿ ਆਇਲੈਟਸ ਵੇਵ ਆਫ ਕੀਤੇ ਗਏ ਨੇ ਉਹ ਯੂਨੀਵਰਸਿਟੀਆਂ ਜਿਹੜੀਆਂ ਸਾਡੇ ਕੋਲ ਜਿਹੜੀਆਂ ਕਿ ਵਿਦਾਊਟ ਆਇਲੈਟਸ ਵੀ ਬੱਚਿਆਂ ਨੂੰ 60 ਪਰਸੈਂਟੇਜ ਦੇ ਉੱਤੇ ਐਡਮਿਸ਼ਨ ਦੇਣ ਲਈ ਰੈਡੀ ਨੇ ਯੂਨੀਵਰਸਿਟੀ ਗ੍ਰੀਨਸਲੈਂਡ ਹੈਗੀ ਆ ਯੂਨੀਵਰਸਿਟੀ ਐਡੀਲੇਟ ਹੈਗੀ ਆ ਸਾਡੇ ਕੋਲ ਵਿਕਟੋਰੀਆ ਯੂਨੀਵਰਸਿਟੀ ਹੈਗੀ ਆ ਯੂਨੀਵਰਸਿਟੀ ਸਾਊਥ ਆਸਟ੍ਰੇਲੀਆ ਹੈਗੀ ਆ ਸਾਡੇ ਕੋਲ ਔਰ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਹੈਗੀ ਆ ਸਾ ਬਾਉਂਡ ਯੂਨੀਵਰਸਿਟੀ ਹੈਗੀ ਆ ਐਵੇਂ ਅਲੱਗ-ਅਲੱਗ ਯੂਨੀਵਰਸਿਟੀਆਂ ਜਿਹੜੀਆਂ ਇਸ ਟਾਈਮ ਆ ਹਾਈਲਟਸ ਵੇਵ ਆਫ ਦੇ ਰਹੀਆਂ ਨੇ ਤੇ ਤੁਸੀਂ ਜਿਹੜੇ ਬੱਚੇ ਹਾਈਲਟਸ ਨਹੀਂ ਕੀਤਾ ਜਾਂ ਪੀਟੀ ਨਹੀਂ ਕੀਤੀ ਉਹ ਬੱਚੇ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ ਜਿਹੜੀ ਕਿ ਮੈਂ ਇੱਕ ਗੱਲ ਕਹੀ ਆ 60 ਪਰਸੈਂਟੇਜ ਦੀ ਰਿਕੁਆਇਰਮੈਂਟ ਹੈ ਤੇ ਇਹ ਯੂਨੀਵਰਸਿਟੀਆਂ ਇਟ ਮੀਨਸ ਸਾਨੂੰ ਐਡਮਿਸ਼ਨ ਦੇ ਰਹੀਆਂ ਕਿਤੇ ਨਾ ਕਿਤੇ ਆਸਟ੍ਰੇਲੀਆ ਲੀਨਿਐਂਸੀ ਦਿਖਾ ਰਿਹਾ ਬੱਚਿਆਂ ਨੂੰ ਵੀਜ਼ਾ ਦੇਣ ਲਈ ਰੈਡੀ ਆ ਬਟ ਵੀਜ਼ਾ ਦੇਣ ਲਈ ਰੈਡੀ ਆ ਬੱਚਿਆਂ ਨੇ ਕਦੀ ਵੀ ਲੀਨਿਐਂਸੀ ਤੇ ਨਹੀਂ ਜਾਣਾ ਪੇਪਰਵਰ ਕੋਰ ਡਾਕੂਮੈਂਟਸ ਦੇ ਉੱਤੇ ਆਪਾਂ ਪ੍ਰੋਪਰ ਧਿਆਨ ਦੇਣਾ ਹੈ ਜੀਟੀ ਕਿਵੇਂ ਕਲੀਅਰ ਕਰਨੀ ਆ ਉਹਦੇ ਉੱਤੇ ਸਾਡਾ ਪ੍ਰੋਪਰ ਫੋਕਸ ਹੋਣਾ ਚਾਹੀਦਾ ਹੈ ਜੀਟੀ ਦੇ ਵਿੱਚ ਕਿਹੜਾ ਪੇਪਰ ਵਰਕ ਕਿਹੜਾ ਡਾਕੂਮੈਂਟਸ ਆ ਬੱਚੇ ਜ਼ਿਆਦਾਤਰ ਕੀ ਕਰਦੇ ਨੇ ਆਪਣੀ ਬੈਂਕਿੰਗ ਦੇ ਦਿੰਦੇ ਨੇ ਬਟ ਬੈਂਕਿੰਗ ਦੇ ਉੱਤੇ ਜਸਟੀਫਿਕੇਸ਼ਨ ਬੱਚੇ ਨਹੀਂ ਦਿੰਦੇ ਕਿ ਜਸਟੀਫਿਕੇਸ਼ਨ ਕੀ ਹੋਣੀ ਚਾਹੀਦੀ ਆ ਜੇ ਫਾਰਮਰ ਦਾ ਬੱਚਾ ਹੈ ਤੇ ਆਪਣੇ ਜੇ ਫਾਰਮ ਲਗਾਵੇ ਆਪਣੀ ਜਿਹੜਾ ਬਿਜ਼ਨਸ ਆ ਉਹਨੂੰ ਡਿਸਕ੍ਰਾਈਬ ਕਰੇ ਉਹ ਪੈਸਾ ਕਿੱਥੋਂ ਆਇਆ ਜੇ ਜੋਬ ਪ੍ਰੋਫਾਈਲ ਆਲਾ ਹੈ ਉਹਨੇ ਕੋਲ ਜੋ ਵੀ ਉਹਦੇ ਇਨਕਮ ਸੋਰਸ ਨੇ ਉਹਨੂੰ ਪ੍ਰੋਫਾਈਲ ਨੂੰ ਜਿਵੇਂ ਵੀ ਉਹਦੀ ਪ੍ਰੋਫਾਈਲ ਜਿਹੜੀ ਹੈਗੀ ਆ ਕੋਈ ਆਫਰ ਲੈਟਰ ਮਿਲੀ ਆ ਜਾਂ ਉਹਦੀ ਜੋਬ ਪ੍ਰੋਫਾਈਲ ਕੀ ਆ ਉਹਨੂੰ ਰਿਪਰੈਜ਼ੈਂਟ ਕਰੇ ਬਿਜ਼ਨਸਮੈਨ ਦੇ ਬੱਚੇ ਤੇ ਜੋ ਇਨਕਮ ਸੋਰਸਸ ਨੇ ਉਹਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ ਕਿ ਇਨਕਮ ਸੋਰਸਸ ਜੋ ਵੀ ਹੈਗੇ ਨੇ ਉਹਨਾਂ ਦੇ ਡਾਕੂਮੈਂਟਸ ਨਾਲ ਦੇਵੇ ਜੀਟੀ ਕਲੀਅਰ ਜਿਹੜਾ ਹੈ ਕਿ ਬੱਚਿਆਂ ਦਾ 40 ਦਿਨ ਦੇ ਵਿੱਚ ਵਿੱਚ ਤਾਹੀਂ ਕਲੀਅਰ ਹੋਣਾ 40 ਦਿਨ ਦੇ ਵਿੱਚ ਵਿੱਚ ਜੇ ਬੱਚੇ ਕੋਲ ਪ੍ਰੋਪਰ ਡਾਕੂਮੈਂਟਸ ਔਰ ਪੇਪਰਵਰਕ ਜਿਹੜਾ ਹੈ ਆਪਾਂ ਕਾਲਜ ਯੂਨੀਵਰਸਿਟੀ ਨੂੰ ਭੇਜਦੇ ਆਂ ਅਗਲੀ ਮੈਂ ਗੱਲ ਕਰਾਂ ਬੱਚਿਆਂ ਦੇ ਬੜੇ ਲਾਈਵ ਸੈਸ਼ਨਸ ਦੇ ਵਿੱਚ ਕਾਲਸ ਆ ਰਹੇ ਸੀਗੇ ਜੀਟੀ ਕਲੀਅਰ ਹੋ ਗਿਆ ਕਨਫਰਮੇਸ਼ਨ ਆਫ ਇਨਰੋਲਮੈਂਟ ਆ ਗਈ ਬਟ ਮੈਮ ਕਨਫਰਮੇਸ਼ਨ ਆਫ ਇਨਰੋਲਮੈਂਟ ਆਨ ਤੋਂ ਬਾਅਦ ਮੇਰਾ ਕੰਸਲਟੈਂਟ ਬੋਲ ਰਿਹਾ ਫਾਈਲ ਪੁਟ ਆਨ ਨਹੀਂ ਕਰਨੀ ਸਿਨੈਰੀਓ ਇਹ ਆ ਕਿ ਆਸਟ੍ਰੇਲੀਆ ਵੀਜ਼ਾ ਗ੍ਰਾਂਟ ਨਹੀਂ ਕਰ ਰਿਹਾ ਜੇ ਲਈ ਕਿ ਬਿਲਕੁਲ ਗਲਤ ਔਰ ਫੇਕ ਨਿਊਜ਼ ਆ ਕਿ ਆਸਟ੍ਰੇਲੀਆ ਵੀਜ਼ਾ ਗ੍ਰਾਂਟ ਨਹੀਂ ਕਰ ਰ ਜਿਵੇਂ ਮੈਂ ਹੁਣ ਯੂਨੀਵਰਸਿਟੀ ਦੀ ਵੀ ਗੱਲ ਕੀਤੀ ਕਿ ਜੜੀਆਂ ਕਿ ਆਇਲਟਸ ਵੇਵ ਆਫ ਦੇ ਰਹੀਆਂ ਵਿਦਾਊਟ ਆਇਲਟਸ ਐਡਮਿਸ਼ਨ ਦੇਣ ਲਈ ਰੈਡੀ ਨੇ ਔਰ ਐਵੇਂ ਮੈਂ ਪੀਟੀ ਆਇਲਟਸ ਸਕੋਰ ਤੋਂ ਬਿਨਾ ਵੀ ਵੀਜ਼ਾ ਸ ਲੈਨੇ ਅਲੱਗ-ਅਲੱਗ ਚੈਨਲਸ ਅਲੱਗ-ਅਲੱਗ ਜਿਹੜੇ ਵੀ ਮੇਰੇ ਟਾਈਜ਼ ਹੈਗੇ ਨੇ ਸੋਸ਼ਲ ਟਾਈਜ਼ ਨੇ ਉਹਦੇ ਉੱਤੇ ਇਹ ਵੀਜ਼ਾ ਸਾਡੇ ਪੋਸਟ ਹੈਗੇ ਨੇ ਜੇ ਮੈਂ ਅਗਲੀ ਗੱਲ ਕਰਾਂ ਕਿ ਆਸਟ੍ਰੇਲੀਆ ਦੇ ਵਿੱਚ ਆਪਾਂ ਧਿਆਨ ਕੀ ਰੱਖਣਾ ਆਪਾਂ ਧਿਆਨ ਰੱਖਣਾ ਕੋਰਸ ਸਿਲੈਕਸ਼ਨ ਦੇ ਉੱਤੇ ਐਡੀਲੇਟ ਬਰਗੇ ਸ਼ਹਿਰ ਦੇ ਵਿੱਚ ਜਿਹੜੇ ਐਵਰੇਜ ਬੱਚੇ ਨੇ ਉੱਥੇ ਐਡਮਿਸ਼ਨ ਪੁਟ ਔਨ ਕਰਨ ਆਪਣੀ ਐਡਮਿਸ਼ਨ ਕਰਾਨ ਸਾਡੇ ਕੋਲ ਗੈਪ ਵਾਲੇ ਬੱਚਿਆਂ ਦੇ ਲਈ ਵੀ ਕਾਫੀ ਆਪਸ਼ਨਸ ਹੈਗੀਆਂ ਨੇ ਕਲਚਰ ਪ੍ਰੋਗਰਾਮ ਦੇ ਵਿੱਚ ਕਲਚਰ ਪ੍ਰੋਗਰਾਮ ਚ ਵੀ ਬੱਚੇ ਅਪਲਾਈ ਕਰ ਸਕਦੇ ਨੇ ਤੇ ਹੋਰ ਆਦਰ ਜਿਹੜੇ ਸਟੇਟ ਨੇ ਜਿੱਥੇ ਵੀ ਆਸਟ੍ਰੇਲੀਆ ਚ ਅਪਲਾਈ ਕਰਨਾ ਹੈ ਧਿਆਨ ਨਾਲ ਅਪਲਾਈ ਕਰਨਾ ਹੈ ਕਰਾਈਟੇਰੀਆ ਕਿੱਥੇ ਮੈਚ ਕਰ ਰਿਹਾ ਕਿੱਥੇ ਸਾਡੀ ਪ੍ਰੋਫਾਈਲ ਮੀਟ ਕਰ ਰਹੀ ਆ ਉੱਥੇ ਆਪਾਂ ਅਪਲਾਈ ਕਰੀਏ ਜੇ ਬਿਲਕੁਲ ਸੋ ਜਿਵੇਂ ਕਿ ਤੁਸੀਂ ਗੱਲ ਕੀਤੀ ਮੈਮ ਵਿਦਆਊਟ ਆਇਲਸ ਵੀ ਅਪਲਾਈ ਕਰ ਸਕਦਾ ਕੁਝ ਯੂਨੀਵਰਸਿਟੀਆਂ ਦੇ ਵੱਲੋਂ ਰਾਹਤ ਦਿੱਤੀ ਗਈ ਹੈ ਕਿ ਤੁਸੀਂ ਬਿਨਾ ਆਇਲਸ ਕੀਤੇ ਵੀ ਅਪਲਾਈ ਕਰ ਸਕਦੇ ਸੋ ਇਸ ਦੇ ਅਗਰ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਆਪਾਂ ਗੱਲ ਕਰੀਏ ਤਾਂ ਫੰਡਸ ਔਰ ਐਕਸਪੈਂਸਸ ਦੇ ਵਿੱਚ ਕੋਈ ਚੇਂਜ ਆਉਂਦੇ ਆ ਜਾਂ ਫਿਰ ਸੇਮ ਹੀ ਰਹਿੰਦੇ ਜ ਜੋ ਬੱਚੇ ਆਇਲਸ ਕਰਕੇ ਅਪਲਾਈ ਕਰਦੇ ਉਹਨਾਂ ਦੇ ਮੈਮ ਦੇਖੋ ਇਹਦੇ ਵਿੱਚ ਕੋਈ ਚੇਂजेस ਨਹੀਂ ਆ ਜੋ ਆਪਾਂ ਬੈਂਕਿੰਗ ਦੀ ਗੱਲ ਕਰ ਰਹੇ ਹਾਂ ਕਿ ਬੈਂਕਿੰਗ ਦੇ ਵਿੱਚ ਕੋਈ ਚੇਂजेस ਆ ਜਾਣਗੇ ਜੇ ਬੱਚਾ ਆਇਲਸ ਵੇਵ ਆਫ ਲਾਊਗਾ ਜਾਂ ਵਿਦਆਊਟ ਆਇਲਸ ਬੱਚਾ ਅਪਲਾਈ ਕਰ ਡਿਪੈਂਡ ਔਨ ਜਿਹੜੀ ਆਪਾਂ ਬੈਂਕਿੰਗ ਦਿੰਦੇ ਆ ਉਹ ਸਾਡੀ ਟਿਊਸ਼ਨ ਫੀਸ ਦੇ ਉੱਤੇ ਹੁੰਦੀ ਹੈ ਕਿ ਯੂਨੀਵਰਸਿਟੀ ਦੀ ਫੀਸ ਕਿੰਨੀ ਆ ਕਾਲਜ ਦੀ ਫੀਸ ਕਿੰਨੀ ਆ ਜਿੰਨੀ ਕਾਲਜ ਦੀ ਫੀਸ ਯੂਨੀਵਰਸਿਟੀ ਦੀ ਫੀਸ ਹੈ ਅਕੋਰਡਿੰਗ ਟੂ ਅਸੀਂ ਬੱਚੇ ਨੂੰ ਬੈਂਕਿੰਗ ਸੁਜੈਸਟ ਕਰਦੇ ਆ ਕਿ ਬੱਚੇ ਤੇਰੀ ਇੰਨੀ ਬੈਂਕਿੰਗ ਜਿਹੜੀ ਆ ਉਹ ਜਾਊਗੀ ਜੇ ਮੈਂ ਬੱਚਿਆਂ ਨੂੰ ਜਦੋਂ ਵੀ ਮੇਰੇ ਕੋਲ ਆਉਂਦਾ ਹੈ ਕਿ ਬੱਚੇ ਨੂੰ ਇਹ ਬੜੀ ਮਾਈਂਡ ਦੇ ਵਿੱਚ ਸਵਾਲ ਹੁੰਦਾ ਹੈ ਕਿ ਫੰਡ ਪੁਰਾਣੇ ਕਿੰਨੇ ਚਾਹੀਦੇ ਫੰਡ ਪੁਰਾਣੇ ਨਹੀਂ ਚਾਹੀਦੇ ਫੰਡ ਦੇ ਉੱਪਰ ਜਸਟੀਫਿਕੇਸ਼ਨ ਚਾਹੀਦੀ ਹੈ ਕਿ ਪੈਸਾ ਆਇਆ ਕਿੱਥੋਂ ਜੇ ਤੁਹਾਡੇ ਕੋਲ ਐਜ਼ ਅ ਗਿਫਟ ਗਿਫਟ ਕਿਸੇ ਨੇ ਦਿੱਤਾ ਹੈ ਤੁਹਾਡੇ ਮਾਮੇ ਚਾਚੇ ਤਾਏ ਨੇ ਭੂਆ ਨੇ ਜਾਂ ਦਾਦਾ ਦਾਦੀ ਨੇ ਨਾਨਾ ਨਾਨੀ ਨੇ ਤੇ ਇੱਕ ਤੁਹਾਡੇ ਕੋਲ ਉਹਦੇ ਲਈ ਇੱਕ ਅ ਸਪੋਰਟ ਐਫੀਡੇਵਟ ਜ਼ਰੂਰ ਹੋਣਾ ਚਾਹੀਦਾ ਹੈ ਜਿਹੜਾ ਸਪੋਰਟਿਵ ਐਫੀਡੇਵਟ ਆ ਉਹ ਜਸਟੀਫਾਈ ਕਰੇਗਾ ਕਿ ਤੁਸੀਂ ਜਿਹੜੇ ਇਹ ਪੈਸਾ ਹੈ ਐਜ਼ ਅ ਗਿਫਟ ਆਪਣੇ ਪਲਾਨਰ ਰਿਲੇਸ਼ਨ ਚੋ ਲਿਆਏ ਜੋ ਵੀ ABC ਰਿਲੇਸ਼ਨ ਹੈ ਤੇ ਇਹ ਪੈਸਾ ਤੁਹਾਡੀ ਸਟੱਡੀ ਦੇ ਲਈ ਯੂਟਿਲਾਈਜ਼ ਕਰਨ ਲਈ ਉਹਨਾਂ ਨੇ ਤੁਹਾਨੂੰ ਗਿਫਟ ਦਿੱਤਾ ਹੈ ਸਪੋਰਟ ਐਫੀਡਿਵਟ ਹੋਣਾ ਬਹੁਤ ਇੰਪੋਰਟੈਂਟ ਹੈ ਬਾਕੀ 뱅킹 ਨੂੰ ਜਸਟੀਫਾਈ ਕਿਵੇਂ ਕਰਨਾ ਹੈ ਐਮਬੈਸੀ ਦੇ ਅੱਗੇ ਰੱਖਣਾ ਕਿਵੇਂ ਆ ਜਿਹੜਾ ਤੁਹਾਡਾ ਪੈਸਾ ਕਿੱਥੋਂ ਆਇਆ ਹੈ ਇਨਕਮ ਸੋਰਸ ਦੇ ਵਿੱਚ ਕਿਵੇਂ ਦਿਖਾਣਾ ਹੈ ਉਹਦੇ ਲਈ ਪ੍ਰੋਪਰ ਤੁਹਾਡੇ ਕੋਲ ਗਾਈਡੈਂਸ ਹੋਣੀ ਚਾਹੀਦੀ ਆ ਤੇ ਆਪਣੇ ਕੰਸਲਟੈਂਟ ਨੂੰ ਜਦੋਂ ਚੁੰਦੇ ਹੋ ਉਦੋਂ ਇਹ ਤੁਹਾਡੇ ਸਵਾਲ ਹੋਣੇ ਚਾਹੀਦੇ ਆਪਣੇ ਕੰਸਲਟੈਂਟ ਦੇ ਸਾਹਮਣੇ ਸਭ ਤੋਂ ਪਹਿਲਾਂ ਬੈਂਕਿੰਗ ਦੀ ਗੱਲ ਕਰੋ ਕਿਉਂਕਿ ਪ੍ਰੋਫਾਈਲ ਤੁਹਾਡਾ ਉਹੀ ਰਹਿਣਾ ਜੋ ਆਇਲਟ ਸਕੋਰ ਆ ਉਹ ਉਹੀ ਰਹਿਣਾ ਹੈ ਜਿਹੜੀ ਐਡਮਿਸ਼ਨ ਪੁਟ ਆਉਣੇ ਹੋਣੀਆਂ ਉਹ ਤੁਹਾਡੇ ਕਰੀਰੀਅਰ ਦੇ ਅਕੋਰਡਿੰਗਲੀ ਹੋਣੀਆਂ ਪ੍ਰੋਪਰ ਤਰੀਕੇ ਨਾਲ ਡਾਕੂਮੈਂਟ ਕਿਵੇਂ ਰਿਪਰੈਜ਼ੈਂਟ ਹੋਣਾ ਹੈ ਡਾਕੂਮੈਂਟਸ ਤੇ ਪੇਪਰਵਰਕ ਦੇ ਉੱਤੇ ਕਦੀ ਵੀ ਬੱਚਾ ਆਨ ਫਰੰਟ ਗੱਲ ਨਹੀਂ ਕਰਦਾ ਉਦੋਂ ਬੱਚਾ ਗੱਲ ਕਰਦਾ ਜਦੋਂ ਬੱਚੇ ਦੀ ਆਫਰ ਲੈਟਰ ਆ ਜਾਂਦੀ ਆ ਜਦੋਂ ਉਹਨੂੰ ਲੱਗਦਾ ਕਿ ਹੁਣ ਮੈਂ ਡਾਕੂਮੈਂਟਸ ਦੇਨੇ ਆ ਬਟ ਸਾਡੇ ਵੱਲੋਂ ਕੀ ਕੀਤਾ ਜਾਂਦਾ ਸੀ ਫਸਟ ਸਟੈਪ ਦੇ ਉੱਤੇ ਹੀ ਚੈਕਲਿਸਟ ਪ੍ਰੋਵਾਈਡ ਕਰਦੇ ਆਂ ਤਾਂ ਕਿ ਬੱਚਾ ਮੈਂਟਲੀ ਪ੍ਰੇਪੇਅਰ ਹੋ ਜਾਏ ਕਿ ਮੈਨੂੰ ਡਾਕੂਮੈਂਟਸ ਜਾਂ ਪੇਪਰਵਰਕ ਕੀ ਦੇਣਾ ਹੈ। ਜੀ ਸੋ ਇਸੇ ਦੇ ਚੱਲਦੇ ਮੈਮ ਅਗਰ ਆਪਾਂ ਕਲਚਰਲ ਪ੍ਰੋਗਰਾਮ ਦੇ ਬਾਰੇ ਗੱਲ ਕਰੀਏ ਤਾਂ ਕਲਚਰਲ ਪ੍ਰੋਗਰਾਮ ਨੂੰ ਲੈ ਕੇ ਵੀ ਸਟੂਡੈਂਟਸ ਕਾਫੀ ਜ਼ਿਆਦਾ ਕਨਫਿਊਜ਼ ਰਹਿੰਦੇ ਐ ਸੋ ਮੈਂ ਚਾਹੂੰਗੀ ਕਿ ਇਸ ਦੇ ਬਾਰੇ ਵੀ ਤੁਸੀਂ ਥੋੜਾ ਐਕਸਪਲੇਨ ਜ਼ਰੂਰ ਕਰੋ ਕਿ ਕਿਸ ਤਰੀਕੇ ਦੇ ਨਾਲ ਕਲਚਰਲ ਪ੍ਰੋਗਰਾਮ ਦੇ ਜ਼ਰੀਏ ਜਾਇਆ ਜਾ ਸਕਦਾ ਵਿਦੇਸ਼। ਮੈਮ ਕਲਚਰ ਪ੍ਰੋਗਰਾਮ ਇੱਕ ਸਟੱਡੀ ਗੈਪ ਵਾਲਾ ਡਿਸਟੈਂਸ ਜਿਹੜਾ ਬੱਚੇ ਦਾ ਐਜੂਕੇਸ਼ਨ ਦੇ ਵਿੱਚ ਹੋ ਗਿਆ ਹੈ ਉਹਨਾਂ ਲਈ ਕਲਚਰ ਪ੍ਰੋਗਰਾਮ ਆ ਕਲਚਰ ਪ੍ਰੋਗਰਾਮ ਦੇ ਵਿੱਚ ਬ ਉੱਥੇ ਜਾ ਕੇ ਬੱਚੇ ਦਾ ਸਟੱਡੀ ਪਰਮਿਟ ਜਿਹੜਾ ਸੀ ਆਫਸ਼ੋਰ ਵੀਜ਼ਾ ਕਨਵਰਟ ਕਰਾਣੇ ਆ ਉਹਦੇ ਵਿੱਚ ਸਾਡੇ ਕੋਲ ਸਪੈਸੀਫਿਕ ਕਾਲਜਸ ਯੂਨੀਵਰਸਿਟੀਆਂ ਹੈਗੀਆਂ ਨੇ ਇਸ ਪ੍ਰੋਗਰਾਮ ਨੂੰ ਅਸੀਂ ਬੜੇ ਹੀ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਇਹਦੇ ਵਿੱਚ ਕਲਚਰ ਪ੍ਰੋਗਰਾਮ ਦੇ ਵਿੱਚ ਸਾਡੇ ਬੱਚੇ ਜਿਹੜੇ ਫਲਾਈ ਕਰ ਗਏ ਨੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬੱਚੇ ਨੇ ਉੱਥੇ ਜਾ ਕੇ ਕਨਵਰਟ ਕਰਾਏ ਨੇ ਵੀਜ਼ਾਸ ਉਹਨਾਂ ਦੀਆਂ ਵੀ ਜਿਹੜੀਆਂ ਬਾਈਟਸ ਲੈ ਕੇ ਅਸੀਂ ਸਟੂਡੈਂਟਸ ਦੇ ਸਾਹਮਣੇ ਰੱਖਾਂਗੇ ਇਹਦੇ ਵਿੱਚ ਬੈਕ ਟੂ ਬੈਕ ਸਾਡੇ ਵਿਦਾਊਟ ਆਈਲਾਈਟਸ ਵਿਦਾਊਟ ਪੀਟੀ ਅਸੀਂ ਵੀਜ਼ਾਸ ਜਿਹੜੇ ਅਸੀਂ ਲੈ ਰਹੇ ਆਂ ਤੇ ਜਿਹੜੇ ਬੱਚਿਆਂ ਨੂੰ ਲੱਗਦਾ ਕਿ 11 18 ਪਾਸ ਆਊਟ ਨੇ ਉਹ ਬੱਚੇ ਇਸ ਕਲਚਰ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਨੇ ਇਹਦੇ ਵਿੱਚ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਨੇ ਆਪਣੇ ਡ੍ਰੀम्स ਨੂੰ ਫੁੱਲਫਿਲ ਕਰ ਸਕਦੇ ਨੇ ਕਿਉਂਕਿ ਆਸਟ੍ਰੇਲੀਆ ਵੱਲੋਂ ਇਹੀ ਨਿਊਜ਼ ਆਂਦੀ ਆ ਹਰ ਕੰਸਲਟੈਂਟ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਗੈਪ ਵਾਲੇ ਬੱਚਾ ਨੂੰ ਆਸਟ੍ਰੇਲੀਆ ਅਸੈਪਟ ਨਹੀਂ ਕਰਦਾ ਬਟ ਅਸੀਂ ਕਹਿੰਦੇ ਕਿ ਕਲਚਰ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਕੇ ਤੁਸੀਂ ਇਹਦਾ ਵੀਜ਼ਾ ਲੈ ਸਕਦੇ ਹੋ ਕੋਈ ਨਵਾਂ ਵੀਜ਼ਾ ਨਹੀਂ ਹੈ ਅੱਜ ਤੋਂ ਪੁਰਾਣਾ ਜਿੱਦੋਂ ਤੋਂ ਆ ਸਟੱਡੀ ਵੀਜ਼ਾ ਪੁਰਾਣਾ ਉਦੋਂ ਤੋਂ ਕਲਚਰ ਪ੍ਰੋਗਰਾਮ ਚੱਲਦਾ ਆ ਰਿਹਾ ਬਟ ਇਹਨੂੰ ਇੰਟਰੋਡਿਊਸ ਨਹੀਂ ਕਰਵਾਇਆ ਗਿਆ ਨਾਰਥ ਇੰਡੀਆ ਦੇ ਵਿੱਚ ਇੰਟਰੋਡਿਊਸ ਕਰਵਾਉਣ ਵਾਲੇ ਅਸੀਂ ਹੀ ਹੈਗੇ ਆ ਇਹਨੂੰ ਤੇ ਅਸੀਂ ਫਰਸਟ ਕੰਸਲਟੈਂਟ ਆ ਜਿਹਦੇ ਵਿੱਚ ਕੁਝ ਕੰਸਲਟੈਂਟ ਵੱਲੋਂ ਇਹਦੇ ਉੱਤੇ ਡਾਊਟ ਵੀ ਕ੍ਰੀਏਟ ਕੀਤਾ ਜਾਂਦਾ ਸਟੂਡੈਂਟਸ ਵੱਲੋਂ ਵੀ ਕੀਤਾ ਜਾਂਦਾ ਬਟ ਅਸੀਂ ਹਰ ਸਵਾਲ ਦਾ ਕਲਚਰ ਪ੍ਰੋਗਰਾਮ ਦੇ ਵਿੱਚ ਜਵਾਬ ਦੇਣ ਲਈ ਰੈਡੀ ਆ ਜੀ ਬਿਲਕੁਲ ਸੋ ਮੈਮ ਕਲਚਰਲ ਪ੍ਰੋਗਰਾਮ ਦੇ ਨਾਲ ਰਿਲੇਟਡ ਇੱਕ ਹੋਰ ਸਵਾਲ ਹੈ ਮੇਰਾ ਕਿ ਜੋ ਸਟੂਡੈਂਟ ਦੇ ਮਤਲਬ ਸਟੂਡੈਂਟ ਵੀਜ਼ਾ ਤੇ ਤਿੰਨ ਤੋਂ ਚਾਰ ਵਾਰਾ ਰਿਜੈਕਸ਼ਨਸ ਆ ਜਾਂਦੀ ਹੈ ਕਿ ਉਹ ਵੀ ਉਸ ਤੋਂ ਬਾਅਦ ਕਲਚਰਲ ਪ੍ਰੋਗਰਾਮ ਦੇ ਜ਼ਰੀਏ ਅਪਲਾਈ ਕਰ ਸਕਦੇ ਆ ਮੈਮ ਡਿਪੈਂਡ ਔਨ ਰਿਫਿਊਜ਼ਲ ਹੈ ਰਿਫਿਊਜ਼ਲ ਦੇ ਵਿੱਚ ਕੀ ਰੀਜਨਸ ਨੇ ਕੀ ਕਾਰਨਸ ਨੇ ਕਿ ਬੱਚੇ ਨੂੰ ਕਿਹਦੇ ਕਰਕੇ ਵੀਜ਼ਾ ਆਫੀਸਰ ਨੇ ਰਿਫਿਊਜ਼ ਕੀਤਾ ਹੈ ਜਿਹੜੀਆਂ ਕਮੀਆਂ ਪੇਸ਼ੀਆਂ ਕਰਕੇ ਰਿਫਿਊਜ਼ ਕੀਤਾ ਹੈ ਉਹ ਕਮੀਆਂ ਪੇਸ਼ੀਆਂ ਅਸੀਂ ਪੂਰ ਫਿਲਫਿਲ ਕਰ ਸਕਦੇ ਆ ਤਾਂ ਤਾਂ ਹੀ ਅਸੀਂ ਸੁਜੈਸਟ ਕਰਾਂਗੇ ਕਿ ਬੱਚਾ ਅੱਗੇ ਅਪਲਾਈ ਕਰ ਸਕਦਾ ਮੈਂ ਨਹੀਂ ਕਹੂੰਗੀ ਕਲਚਰ ਪ੍ਰੋਗਰਾਮ ਚ ਸਾਰੇ ਡਿਸਟੈਂਸ ਐਜੂਕੇਸ਼ਨ ਵਾਲੇ ਆ ਜਾਣ ਸਾਡੇ ਕੋਲ ਜਿਨ੍ਹਾਂ ਦੀ ਐਜੂਕੇਸ਼ਨ ਦੇ ਵਿੱਚ ਗੈਪ ਪੈ ਗਿਆ ਹੈ ਸਾਡੇ ਕੋਲ ਆ ਕੇ ਅਪਲਾਈ ਮੈਨ ਨਹੀਂ ਕਹੂੰਗੀ ਕਿ ਸਾਰੇ ਰਿਫਿਊਜ਼ਲ ਵਾਲੇ ਸਾਡੇ ਕੋਲ ਆ ਜਾਣ ਹਾਂ ਤੁਸੀਂ ਇੱਕ ਵਾਰ ਸਾਡੇ ਕੋਲ ਕਾਉਂਸਲਿੰਗ ਲੈ ਸਕਦੇ ਹੋ ਅਸੈਸਮੈਂਟ ਲੈ ਸਕਦੇ ਹੋ ਜਿਹੜੇ ਬੱਚੇ ਐਲੀਜੀਬਲ ਹੋਏ ਅਸੀਂ ਟਰਾਈ ਕਰਾਂਗੇ ਹਰ ਬੱਚੇ ਦੀ ਹੈਲਪ ਕਰਨ ਦੀ ਸਾਨੂੰ ਜਿਹੜਾ ਬੱਚੇ ਦਾ ਹਰ ਤਰੀਕੇ ਨਾਲ ਹਰ ਐਵਰੇਜ ਬੱਚੇ ਨੂੰ ਸਾਡੀ ਕੰਪਨੀ ਵੱਲੋਂ ਜਿਹੜਾ ਕਿ ਉਸੇ ਲੈਵਲ ਤੇ ਲਿਆ ਜਾਂਦਾ ਮੋਸਟਲੀ ਕੀ ਕੀਤਾ ਜਾਂਦਾ ਇੰਟੈਲੀਜੈਂਟ ਬੱਚਾ ਹੈ 90% ਵਾਲਾ 70 ਵਾਲਾ ਉਹਨੂੰ ਬੜੇ ਹੀ ਤਰੀਕੇ ਨਾਲ ਕਨਸਲਟੈਂਟ ਵੱਲੋਂ ਹੈਲਪ ਕੀਤੀ ਜਾਂਦੀ ਹੈ ਤੇ ਉਸ ਪ੍ਰੋਫਾਈਲ ਨੂੰ ਬੜੇ ਚੰਗੇ ਤਰੀਕੇ ਨਾਲ ਲਿਆ ਜਾਂਦਾ ਬਟ ਜਿਹੜਾ ਬੱਚਾ ਐਵਰੇਜ ਹੈ ਉਹਨੂੰ ਛੇਤੀ ਛੇਤੀ ਕੋਈ ਹੱਥ ਨਹੀਂ ਪੁੰਦਾ ਬਟ ਸਾਡੇ ਵੱਲੋਂ ਕਿਉਂਕਿ ਉਹਦੇ ਵਿੱਚੋਂ ਜਲਦੀ ਦੇ ਬਿਜ਼ਨਸ ਨਹੀਂ ਕ੍ਰੀਏਟ ਹੁੰਦਾ ਕਿਉਂਕਿ ਮੇਰੇ ਕੋਲ ਜੇ ਤਾਂ 6 ਸੀਚ ਵਾਲਾ ਬੱਚਾ ਆ ਗਿਆ ਜਾਂ 7 ਬੈਂਡ ਵਾਲਾ ਆ ਗਿਆ 70 ਵਾਲਾ ਆ ਗਿਆ 2023 ਪਾਸਾ ਉਟਾਲਾ ਆ ਗਿਆ ਤੇ ਮੈਂ ਨਾਲ ਦੀ ਨਾਲ ਅਪਲਾਈ ਕਰਕੇ ਉਹਦਾ ਵੀਜ਼ਾ ਲੈ ਲੂੰਗੀ ਵੀਜ਼ਾ ਆਨ ਤੋਂ ਬਾਅਦ ਮੈਨੂੰ ਨਾਲ ਦੀ ਨਾਲ ਕਮਿਸ਼ਨ ਆ ਜਾਣੀ ਕਾਲਜ ਤੋਂ ਤੇ ਮੈਨੂੰ ਨਾਲ ਦੇ ਨਾਲ ਬਿਜ਼ਨਸ ਆ ਗਿਆ ਬਟ ਜਿਹੜਾ ਸਾਡਾ ਐਵਰੇਜ ਬੱਚਾ ਉਹਦੇ ਉੱਤੇ ਨਾਲ ਦੀ ਨਾਲ ਬਿਜ਼ਨਸ ਕ੍ਰੀਏਟ ਨਹੀਂ ਹੁੰਦਾ ਉਹਦੇ ਉੱਤੇ ਕਾਫੀ ਮਿਹਨਤ ਹੁੰਦੀ ਹੈ ਹਾਰਡ ਵਰਕ ਹੁੰਦਾ ਹੈ ਇਸ ਕਰਕੇ ਹਰ ਬੰਦਾ ਉਸ ਬੱਚੇ ਨੂੰ ਹੱ ਹੁੰਦਾ ਬਟ ਸਾਡੀ ਟੀਮ ਵੱਲੋਂ ਐਜ਼ ਏ ਕੈਰੀਅਰ ਕਾਉਂਸਲਰ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਹਰ ਤਰੀਕੇ ਦੇ ਬੱਚੇ ਐਵਰੇਜ ਬੱਚਾ ਵੀ ਕਿਉਂ ਬੱਚਾ ਇੰਟੈਲੀਜੈਂਟ ਬੱਚਾ ਹਰ ਤਰ੍ਹਾਂ ਦੇ ਬੱਚੇ ਦੀ ਹੈਲਪ ਕੀਤੀ ਜਾਵੇ ਜੀ ਬਿਲਕੁਲ ਮੈਮ ਉਹਰੇ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵੱਲ ਕਾਫੀ ਜ਼ਿਆਦਾ ਰੁਝਾਨ ਸਟੂਡੈਂਟਸ ਦਾ ਦੇਖਣ ਨੂੰ ਮਿਲ ਰਿਹਾ ਤੇ ਉਧਰ ਆਸਟ੍ਰੇਲੀਆ ਦੇ ਬਾਰੇ ਇੱਕ ਚੀਜ਼ ਕਾਫੀ ਜ਼ਿਆਦਾ ਫੈਲਾਈ ਜਾ ਰਹੀ ਹੈ ਕਿ ਯੂਨੀਵਰਸਿਟੀਆਂ ਕਾਲਜੇਸ ਦੇ ਵੱਲੋਂ ਆਫਰ ਲੈਟਰਸ ਦੇ ਵਿੱਚ ਕਾਫੀ ਜ਼ਿਆਦਾ ਦੇਰੀ ਕੀਤੀ ਜਾ ਰਹੀ ਹੈ ਆਫਰ ਲੈਟਰ ਜਲਦੀ ਨਹੀਂ ਦਿੱਤੇ ਜਾ ਰਹੇ ਸੋ ਇਹਦੇ ਬਾਰੇ ਕੀ ਕਹੋਗੇ ਤੁਸੀਂ ਮੈਮ ਮੈਂ ਇਹਦੇ ਬਾਰੇ ਹਮੇਸ਼ਾ ਇਹ ਹੀ ਕਿਹਾ ਹੈ ਕਿ ਆਸਟ੍ਰੇਲੀਆ ਜਾਂ ਕੈਨੇਡਾ ਜਿੱਥੇ ਵੀ ਤੁਸੀਂ ਅਪਲਾਈ ਕਰ ਰਹੇ ਹੋ ਆਫਰ ਲੈਟਰ ਤੁਹਾਡੇ ਕੰਸਲਟੈਂਟ ਦੇ ਟਾਈਜ਼ ਦੇ ਉੱਤੇ ਡਿਪੈਂਡ ਹੈ ਹੁਣ ਮੇਰਾ ਬਹੁਤ ਅਚਾ ਰਿਲੇਸ਼ਨ ਹੈਗਾ ਮੈਂ 24 ਘੰਟੇ ਦੇ ਵਿੱਚ ਆਫਰ ਲੈਟਰ ਕਾਲਜ ਦੀ 1 ਵੀਕ ਦੇ ਵਿੱਚ ਮੈਂ ਯੂਨੀਵਰਸਿਟੀ ਦੀ ਆਫਰ ਲੈਟਰ ਦੇਣ ਲਈ ਆਸਟ੍ਰੇਲੀਆ ਦੀ ਰੈਡੀ ਹੈਗੀ ਹਾਂ ਮੇਰੇ ਕੋਲ ਆਜੋ ਮੈਂ ਦੇ ਦੂੰਗੀ ਬੱਚੇ ਨੂੰ ਬਟ ਹੁਣ ਇੱਕ ਮੇਰਾ ਸਾਬ ਏਜੰਟ ਬੈਠਾ ਸਭ ਤੋਂ ਪਹਿਲਾਂ ਮੈਂ ਆਪਣੀਆਂ ਸੀਟਸ ਨੂੰ ਫੁੱਲਫਿਲ ਕਰੂੰਗੀ ਉਸ ਤੋਂ ਬਾਅਦ ਮੈਂ ਆਪਣੇ ਸਾਬ ਏਜੰਟ ਨੂੰ ਆਫਰ ਲੈਟਰ ਦਵੂੰਗੀ ਹੁਣ ਡਿਪੈਂਡ ਔਨ ਤੁਹਾਡੇ ਟਾਈਜ਼ ਹੈ ਤੁਹਾਡੇ ਟਾਈ ਅਪ ਕਿਵੇਂ ਦੇ ਨੇ ਕਾਲਜ ਯੂਨੀਵਰਸਿਟੀ ਨਾਲ ਕਿਉਂਕਿ ਕਾਲਜ ਯੂਨੀਵਰਸਿਟੀ ਨੂੰ ਬੱਚਾ ਉੱਥੇ ਜਾਊ ਦਿਨ ਚ ਕੀ ਪ੍ਰੋਬਲਮ ਹੈ ਤੇ ਇਸ ਕਰਕੇ ਇਹ ਜੋ ਵੀ ਮਾਰਕੀਟ ਦੇ ਵਿੱਚ ਆਫਵਾਇ ਜਾਂ ਇਸ ਮੈਨੂੰ ਕਮਾ ਰੂਮਰਸ ਨੇ ਪਤਾ ਨਹੀਂ ਆਈ ਡੋਟ ਨੋ ਕਿ ਬਟ ਮੈਂ ਜੋ ਕਹਿਣਾ ਚਾਹੁੰਦੀ ਆ ਕਿ ਆਫਰ ਲੈਟਰ ਜੇ ਤੁਸੀਂ ਆਸਟ੍ਰੇਲੀਆ ਦੀ ਮੇਰੇ ਕੋਲ ਅਪਲਾਈ ਕਰਦੇ ਹੋ ਕਾਲਜ ਦੀ 24 ਘੰਟੇ ਚ ਔਰ ਯੂਨੀਵਰਸਿਟੀ ਦੀ 1 ਵੀਕ ਦੇ ਵਿੱਚ ਤੁਸੀਂ ਆਫਰ ਲੈਟਰ ਮੇਰੇ ਤੋਂ ਲੈ ਸਕਦੇ ਹੋ ਜੀ ਸੋ ਬਹੁਤ ਬਹੁਤ ਸ਼ੁਕਰੀਆ ਮੈਮ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਬਹੁਤ ਵਧੀਆ ਅਹਿਮ ਜਾਣਕਾਰੀਆਂ ਸਾਡੇ ਨਾਲ ਤੁਹਾਡੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸੋ ਇਹ ਸੀ ਆਪਣੇ ਨਾਲ ਕ੍ਰੀਏਟਿਵ ਫਿਊਚਰ ਤੋਂ ਮੈਡਮ ਗੁਰਪ੍ਰੀਤ ਕੌਰ ਬਾਟ ਜੀ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਬਾਰੇ ਇਹ ਅਹਿਮ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਡੇ ਲਈ ਬੈਨੀਫੀਸ਼ੀਅਲ ਸਾਬਤ ਹੋਵੇਗੀ ਅਗਰ ਹੋਰ ਵੀ ਕੋਈ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਆ ਰਿਹਾ ਤੁਸੀਂ ਪੁੱਛਣਾ ਚਾਹੁੰਦੇ ਹੋ ਆਸਟ੍ਰੇਲੀਆ ਦੇ ਰਿਗਾਰਡਿੰਗ ਤਾਂ ਇਹਨਾਂ ਦੇ ਜੋ ਨੰਬਰ ਆਉ ਆਪਣੀ ਸਕਰੀਨ ਤੇ ਫਲੈਸ਼ ਹੋ ਰਿਹਾ ਤੁਸੀਂ ਕਿਸੇ ਵੀ ਵੇਲੇ ਸੰਪਰਕ ਕਰ ਸਕਦੇ ਹੋ ਮੈਮ ਦੇ ਨਾਲ ਗੱਲਬਾਤ ਕਰਨੀ ਹੈ ਤਾਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਅਦਰਵਾਈਜ਼ ਇਹਨਾਂ ਦਾ ਜੋ ਆਫਿਸ ਹੈ ਉਹ ਫੇਸ ਇੱਕ ਮੋਹਾਲੀ ਦੇ ਵਿੱਚ ਹੈ ਉੱਥੇ ਜਾ ਕੇ ਵਿਜ਼ਿਟ ਕਰੋ ਟੀਮ ਦੇ ਵੱਲੋਂ ਵੀ ਪ੍ਰੋਪਰ ਗਾਈਡੈਂਸ ਤੁਹਾਨੂੰ ਵਿਦੇਸ਼ ਜਾਣ ਦੇ ਬਾਰੇ ਮੁਹੱਈਆ ਕਰਵਾਈ ਜਾਵੇਗੀ ਸੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਵੀਜ਼ਾ ਤੱਕ ਲਈ دیکھتے ਰਹੋ ਪ੍ਰੋਗਰਾਮ